ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਜੀ, ਜਿਸ ਦੇ ਵਿੱਚ ਵੇਕੈਂਸੀਜ਼ 300 ਆਊਟ ਕੀਤੀਆਂ ਗਈਆਂ ਨੇ ਜੀ, ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਕਿੱਦਾਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੇਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੇਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਜੋ ਕਿ meetacademy.in 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿੰਨੀਆਂ ਵੀ ਲੇਟੈਸਟ ਵੇਕੈਂਸੀਜ਼ ਹੁੰਦੀਆਂ ਨੇ, ਸਾਰੀਆਂ ਵੇਕੈਂਸੀਜ਼ ਤੁਹਾਨੂੰ ਜਿਹੜੀਆਂ ਨੇ ਸਾਡੀ ਵੈਬਸਾਈਟ ਤੋਂ ਮਿਲ ਜਾਣਗੀਆਂ। ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਮੈਂ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦਾ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਿਹੜੀਆਂ ਵੇਕੈਂਸੀਜ਼ ਨੇ, ਅਤੇ ਇਹਦੇ ਵਿੱਚ ਜਿਹੜੀਆਂ ਵੇਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਉਹ ਹੈਗੀਆਂ ਨੇ ਦ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟਡ ਦੇ ਵੱਲੋਂ। ਤੁਸੀਂ ਸੁਣਿਆ ਹੀ ਹੋਏਗਾ ਦ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਜਿਹੜੀ ਹੈ ਆਲ ਓਵਰ ਇੰਡੀਆ ਓਪਰੇਟ ਕਰਦੀ ਹੈ, ਜਿਸ ਦੇ ਵਿੱਚ ਪੰਜਾਬ ਦੇ ਕੈਂਡੀਡੇਟ ਲਈ ਪੰਜਾਬ ਦੀ ਲੋਕੇਸ਼ਨ ਜਿਹੜੀ ਹੈ ਜੀ ਉਹ ਰਹਿੰਦੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਆਨਲਾਈਨ ਇਹਦੇ ਲਈ ਅਪਲਾਈ ਕਰਨਾ ਹੈ ਜੀ, ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ। 32,795 ਤੋਂ ਲੈ ਕੇ 62,000 ਤੱਕ ਤੁਹਾਡੀ ਸੈਲਰੀ ਜਿਹੜੀ ਹੈ ਜੀ ਇਸ ਦੇ ਵਿੱਚ ਰਹੇਗੀ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ। ਆਲ ਇੰਡੀਆ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਇਸ ਦੇ ਵਿੱਚ 300 ਜਿਹੜੀਆਂ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਇਹਦੇ ਲਈ 15 ਫਰਵਰੀ 2024 ਜਿਹੜੀ ਹੈ ਜੀ ਉਹ ਲਾਸਟ ਡੇਟ ਹੈ ਅਪਲਾਈ ਕਰਨ ਦੀ। ਆਨਲਾਈਨ ਹੀ ਕਰਨਾ, ਕੋਈ ਦਿੱਕਤ ਨਹੀਂ ਹੈ। ਇਸ ਦੇ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਆਨਲਾਈਨ ਅਪਲਾਈ ਕਰਨਾ ਹੋਵੇਗਾ, ਇਸ ਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ, ਠੀਕ ਹੈ, ਅਤੇ ਇੰਟਰਵਿਊ ਹੋਏਗੀ, ਉਸ ਦੇ ਬੇਸਿਸ 'ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਇਸ ਦੇ ਵਿੱਚ ਉਹ ਹੋਣੀ ਹੈ ਜੀ। ਇਸ ਦੇ ਵਿੱਚ ਐਡਮਿਨਿਸਟ੍ਰੇਟਿਵ ਆਫਿਸਰ ਦੀਆਂ ਵੇਕੈਂਸੀਜ਼ ਨੇ, ਆਫਿਸਰ ਰੈਂਕ ਦੀਆਂ, ਜਿਸ ਦੇ ਵਿੱਚ 32,000 ਸਟਾਰਟਿੰਗ ਸੈਲਰੀ ਤੁਹਾਡੀ ਰਹਿਣ ਵਾਲੀ ਹੈ ਜੀ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤੁਹਾਡੀ ਜਿਹੜੀ ਰਹੇਗੀ ਏਜ ਲਿਮਿਟ 21 ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਨੇ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ। ਆਨਲਾਈਨ ਹੀ ਅਪਲਾਈ ਕਰਨਾ, ਕੋਈ ਵੀ ਅਦਰ ਮੋਡ ਇੱਥੇ ਨਹੀਂ ਹੈਗਾ ਜੀ। ਇੱਥੇ ਤੁਸੀਂ ਲਿੰਕ ਦੇਖ ਸਕਦੇ ਹੋ ਜੀ, ਇਹ ਲਿੰਕ ਨੇ ਜਿਹੜੇ ਤੁਹਾਨੂੰ ਮਿਲ ਜਾਣਗੇ ਅਪਲਾਈ ਆਨਲਾਈਨ ਦਾ ਪਹਿਲੇ ਨੰਬਰ 'ਤੇ। ਸਭ ਤੋਂ ਪਹਿਲਾਂ ਤਾਂ ਆਪਣੇ ਰਜਿਸਟ੍ਰੇਸ਼ਨ ਕਰਨੀ ਹੈ ਜੀ ਤੁਸੀਂ, ਠੀਕ ਹੈ ਜੀ। ਰਜਿਸਟ੍ਰੇਸ਼ਨ ਜਿੱਦਾਂ ਹੀ ਕੰਪਲੀਟ ਕਰ ਲੈਂਦੇ ਹੋ ਦੈਨ ਤੁਸੀਂ ਲੌਗਇਨ ਕਰੋਗੇ, ਅਤੇ ਰਜਿਸਟ੍ਰੇਸ਼ਨ ਕਰਨ ਲਈ ਈਮੇਲ ਆਈਡੀ ਮੋਬਾਈਲ ਨੰਬਰ ਦੋਨੋਂ ਮੰਗੇ ਜਾਣਗੇ। ਅਤੇ ਮੈਂ ਹਮੇਸ਼ਾ ਦਾ ਇੱਦਾਂ ਕਹਿੰਦਾ ਕਿ ਉਹੀ ਮੋਬਾਈਲ ਨੰਬਰ ਭਰਿਓ ਜਿਹੜੇ ਤੁਹਾਡੇ ਕਿਸੇ ਬੈਂਕ ਨਾਲ ਰਜਿਸਟਰਡ ਨਹੀਂ ਹੈ ਜੀ, ਠੀਕ ਹੈ ਜੀ। ਸਾਰੇ ਦੇ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ, ਚੈੱਕ ਕਰਕੇ ਅਪਲਾਈ ਕਰ ਲੈਣਾ ਜੀ। ਔਰ ਇਸ ਦੇ ਵਿੱਚ ਇੰਟਰਵਿਊ ਜ਼ਰੂਰ ਹੋਵੇਗੀ, ਉਹਦੀ ਵੀ ਤੁਹਾਨੂੰ ਤਿਆਰੀ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਕਰਨੀ ਹੋਵੇਗੀ, ਠੀਕ ਹੈ ਜੀ। ਸਾਰੇ ਹੀ ਲਿੰਕ ਦਿੱਤੇ ਹੋਏ ਨੇ, ਚੈੱਕ ਕਰਕੇ ਅਪਲਾਈ ਜ਼ਰੂਰ ਕਰਿਓ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਦਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।